40 ਪੇਟੀਆਂ ਸ਼ਰਾਬ ਸਮੇਤ 2 ਕਾਬੂ 4 ਨੰਬਰ ਇੱਕ ਪਾਸੇ ਜ਼ਿਲ੍ਹਾ ਮੋਗਾ ਸ਼ਰਾਬ ਮਾਫੀਆ ਨਜਾਇਜ਼ ਸ਼ਰਾਬ ਦੇ ਧੰਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਹੋਇਆ ਦੂਜੇ ਪਾਸੇ ਪੁਲਿਸ ਵੀ ਪੂਰੀ ਮੁਸ਼ਤੈਦੀ ਨਾਲ ਇਸ ਮਾਫੀਆ ਨੂੰ ਕਾਬੂ ਕਰਨ ਵਿੱਚ ਜੁਟੀ ਹੋਈ ਹੈ ਤਾਜ਼ੇ ਮਾਮਲੇ ਵਿੱਚ ਪੁਲਿਸ ਵੱਲੋਂ 42 ਪੇਟੀਆਂ ਨਜਾਇਜ਼ ਸ਼ਰਾਬ ਸਣੇ 2 ਸਮਗਲਰਾਂ ਨੂੰ ਕਾਬੂ ਕਰਨ ਦਾ ਪਤਾ ਲੱਗਾ ਹੈ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ GT ਰੋਡ 'ਤੇ ਸਥਿਤ ਇੱਕ ਕੈਫੇ ਦੀ ਛੱਤ ਉੱਪਰੋਂ ਉਕਤ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ ਕਰਨ ਤੋਂ ਇਲਾਵਾ 2 ਸ਼ਰਾਬ ਸਮਗਲਰਾਂ ਜਗਨਾਮ ਸਿੰਘ ਨਿਵਾਸੀ ਚੱਕ ਮਦਰਸਾ ਸ਼੍ਰੀ ਮੁਕਤਸਰ ਸਾਹਿਬ ਅਤੇ ਸਤਨਾਮ ਸਿੰਘ ਨਿਵਾਸੀ ਹਾਕਮ ਕਾਗਵਾੜ ਮੋਗਾ ਨੂੰ ਕਾਬੂ ਕੀਤਾ ਹੈ ਇਸ ਸੰਬੰਧੀ ਥਾਣਾ ਸਦਰ ਮੋਗਾ ਵੱਲੋਂ ਕਾਬੂ ਕੀਤੇ ਗਏ ਸਮਗਲਰਾਂ ਤੋਂ ਇਲਾਵਾ 2 ਹੋਰ ਅਣਪਛਾਤੇ ਸਮਗਲਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੋਗਾ ਪੁਲਿਸ ਨੇ ਇੱਕ ਦਿਨ ਪਹਿਲਾਂ ਕੋਟ ਇਸੇ ਖਾਂ ਰੋਡ ਤੋਂ 101 ਪੇਟੀਆਂ ਨਜਾਇਜ਼ ਸ਼ਰਾਬ ਫੜੀ ਸੀ ਥਾਣਾ ਸਦਰ ਦੇ ਮੁਖੀ ਜੇ ਟਵਾਲ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਗਾ ਗ੍ਰੀਨ ਸਿਟੀ ਕਲੋਨੀ 'ਚ ਬਣੇ ਕੈਫੇ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਚੱਲਦਾ ਹੈ ਅਤੇ ਪੁਲਿਸ ਨੇ ਰੇਡ ਮਾਰ ਕੇ ਉੱਥੋਂ 42 ਪੇਟੀਆਂ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪੰਜਾਬ ਗਲੋਬਲ ਲਈ ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਸ਼ਰਾਬ ਬਰਾਮਦ ਹੋਈ ਹੈ ਕੀ ਹੈ ਸਰ ਮਾਮਲਾ ਜੀ ਅੱਜ ਇਸੇ ਪ੍ਰੇਮ ਸਿੰਘ ਜਿਹੜੇ ਹੈਗੇ ਨੇ ਉਹ ਗਸ਼ਤ 'ਤੇ ਰਵਾਨਾ ਸੀ ਕਿ ਉਹਨਾਂ ਨੂੰ ਇੱਕ ਸੀਕਰਟ ਇਨਫੋਰਮੇਸ਼ਨ ਮਿਲੀ ਹੈ ਕਿ ਗ੍ਰੀਨ ਸਿਟੀ ਕਲੇਵ ਦੇ ਵਿੱਚ ਕੈਫੇ ਕੈਂਟੀਨ ਜਿਹੜੀ ਕੈਫੇ ਹੈਗੀ ਹੈ ਉਹ ਕੈਫੇ ਕਾਫੀ ਉੱਥੇ ਕੁਛ ਲੋਕ ਨਜਾਇਜ਼ ਸ਼ਰਾਬ ਦਾ ਕੰਮ ਕਰ ਰਹੇ ਨੇ ਸੋ ਗੁਪਤ ਸੂਚਨਾ ਦੇ ਆਧਾਰ 'ਤੇ ਜਿਹੜਾ ਹੈਗਾ ਉਹਨਾਂ ਨੇ ਰੇਡ ਕੀਤਾ ਤਾਂ ਉੱਥੋਂ ਉਹਨਾਂ ਨੂੰ ਜਿਹੜਾ ਹੈਗਾ 42 ਪੇਟੀਆਂ ਮੋਟਾ ਸੰਤਰਾ ਸ਼ਰਾਬ ਬਰਾਮਦ ਹੋਈ ਹੈ ਔਰ 2 ਜਿਹੜੇ ਹੈਗੇ ਵਿਅਕਤੀ ਅਰੈਸਟ ਕੀਤੇ ਹੈ ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 121 ਅੰਡਰ ਸੈਕਸ਼ਨ 61 14 ਜਿਹੜਾ ਰਜਿਸਟਰ ਕੀਤਾ ਸ਼ਰਾਬ ਕਿਹੜੀ ਕੰਪਨੀ ਨੇ ਕੁਛ ਪਤਾ ਹੈ ਮੋਟਾ ਸੰਤਰਾ 42 ਪੇਟੀਆਂ